ਹੈਲੋ ਐਵਰੀਵਨ, ਮੇਰੇ ਵੱਲੋਂ ਇਹ ਵੀਡੀਓ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜੋ ਆਪਾਂ ਸਾਰੇ ਹਮੇਸ਼ਾ ਪੜ੍ਹਦੇ ਅਤੇ ਸੁਣਦੇ ਆਏ ਹਾਂ ਕਿ ਲਾਈਫ ਇਜ਼ ਅਨਦਰ ਨੇਮ ਫੋਰ ਚੇਂਜ ਐਂਡ ਅਨਸਰਟੇਨਟੀ, ਉਹ ਅੱਜ ਸਮੇਂ ਨੇ ਆਪਾਂ ਨੂੰ ਦਿਖਾ ਦਿੱਤਾ। ਵੀ ਕੈਨ ਟਰਾਈ ਟੂ ਕੰਟਰੋਲ ਆਰ ਫੇਟ, ਬਟ ਇਵੈਂਚੁਅਲੀ ਲਾਈਫ ਆਲਵੇਜ਼ ਰਿਮਾਈਂਡਸ ਅਸ ਅਬਾਊਟ ਹਾਊ ਲਿਟਲ ਕੰਟਰੋਲ ਵੀ ਹੈਵ। ਬਟ ਦਿਸ ਇਜ਼ ਨੋਟ ਦ ਟਾਈਮ ਟੂ ਗੈਟ ਬੋਗਡ ਡਾਊਨ। ਬੈਸਟ ਆਫ ਅਸ ਇਜ਼ ਸਟਿਲ ਵੈਰੀ ਮੱਚ ਵਿਦ ਇਨ ਅਸ। ਇਹ ਟਾਈਮ ਦੇ ਵਿੱਚ ਬੀਇੰਗ ਅ ਟੀਚਰ ਮੈਂ ਵੀ ਬਹੁਤ ਕੁਝ ਸਿੱਖਿਆ ਅਤੇ ਸਿੱਖ ਰਿਹਾ, ਤੇ ਮੈਨੂੰ ਉਮੀਦ ਆ ਕਿ ਆਪਣੇ ਬੱਚੇ ਵੀ ਇਹ ਜੋ ਸਮਾਂ ਆਪਣੇ ਕੋਲ ਹੈਗਾ ਉਹਦਾ ਲਾਹਾ ਲੈ ਸਕਣਗੇ। ਆਪਾਂ ਬੈਸਟ ਇਨਵੈਸਟਮੈਂਟ ਕਰਨੀ ਹੁੰਦੀ ਆ ਕਿ ਹਰ ਟਾਈਮ ਦੇ ਵਿੱਚ ਜੋ ਮੇਰੇ ਫਿਊਚਰ ਲਈ ਮੇਰੀ ਬੈਸਟ ਇਨਵੈਸਟਮੈਂਟ ਆ ਉਹ ਕੀ ਆ। ਜੋ ਇਨਸਾਨ ਮੇਰੇ ਹਿਸਾਬ ਨਾਲ ਇਹ ਗੱਲ ਸਮਝ ਜਾਂਦੇ ਨੇ, ਜ਼ਿੰਦਗੀ ਫਿਰ ਉਹਨਾਂ ਸਾਥ ਦਿੰਦੀ ਆ। ਪਹਿਲਾਂ ਪੇਰੈਂਟਸ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਨਿਗਰਾਨੀ ਵਿੱਚ ਸਾਡੇ ਮੋਸਟਲੀ ਸਾਰੇ ਬੱਚਿਆਂ ਨੇ ਅਸਾਈਨਮੈਂਟ ਸਬਮਿਟ ਕਰਵਾ ਦਿੱਤੀਆਂ ਨੇ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਾਂ ਵੀਡੀਓ ਲੈਕਚਰਸ ਹੁਣ ਅਪਲੋਡ ਕਰ ਰਹੇ ਹਾਂ ਆਪਣੇ ਯੂਟਿਊਬ ਚੈਨਲ ਤੇ, ਉਹਦੇ ਰਿਗਾਰਡਿੰਗ ਪੇਰੈਂਟਸ ਦੀਆਂ ਰੈਗੂਲਰ ਕੁਐਰੀਜ਼ ਆ ਰਹੀਆਂ ਨੇ ਜੋ ਆਪਾਂ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ। ਜੇ ਆਪਾਂ ਉਹ ਵੀਡੀਓਸ ਨੂੰ ਐਕਸੈਸ ਕਰਨਾ ਜੋ ਆਪਾਂ ਆਪਣੇ ਚੈਨਲ ਦੇ ਉੱਪਰ ਪਾ ਰਹੇ ਹਾਂ, ਆਪਾਂ ਯੂਟਿਊਬ ਦੇ ਉੱਪਰ ਜਾ ਕੇ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਟਾਈਪ ਕਰਨਾ, ਰਾਈਟ। ਜਦੋਂ ਆਪਾਂ ਸਰਚ ਕਰਾਂਗੇ ਤਾਂ ਇਹ ਪੇਜ ਆਪਣੇ ਅੱਗੇ ਖੁੱਲ ਜੂਗਾ। ਹੁਣ ਆਪਾਂ ਕੀ ਕਰਨਾ, ਇਹਨੂੰ ਸਬਸਕ੍ਰਾਈਬ ਕਰ ਲੈਣਾ। ਹੁਣ ਕੁਛ ਇਸ ਤਰੀਕੇ ਦਾ ਪੇਜ ਆਪਣੀ ਯੂਟਿਊਬ ਐਪ ਦੇ ਵਿੱਚ ਖੁੱਲ ਜੂਗਾ। ਹੁਣ ਫੋਰ ਦਾ ਈਜ਼ ਆਫ ਯੂਜ਼, ਕਿ ਆਪਾਂ ਨੂੰ ਸੌਖੀਆਂ ਵੀਡੀਓਜ਼ ਲੱਭ ਜਾਣ, ਕਿਉਂਕਿ ਕਾਫੀ ਲੈਕਚਰਸ ਪਾ ਰਹੇ ਹਾਂ, ਕਰੀਬ 200-225 ਦੇ ਕਰੀਬ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ, ਅਤੇ ਹੋ ਸਕਦਾ ਇੰਨੀਆਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਅਪਲੋਡ ਕਰੀਏ ਵੀਡੀਓਜ਼, ਕਿਉਂਕਿ ਆਪਣੀ ਕੋਸ਼ਿਸ਼ ਰਹੂਗੀ ਕਿ ਇਸ ਮਹੀਨੇ ਦੀ 10 ਤਰੀਕ ਤੱਕ ਆਪਾਂ ਹਰ ਸਬਜੈਕਟ ਦੇ 2-2 ਚੈਪਟਰਸ ਕਵਰ ਕਰ ਲਈਏ ਆਪਣੇ ਯੂਟਿਊਬ ਦੇ ਉੱਪਰ। ਅਤੇ ਇੱਕ ਵਾਰ ਜਦੋਂ ਹੁਣ ਆਪਾਂ ਯੂਟਿਊਬ ਚੈਨਲ ਖੋਲ੍ਹ ਲਿਆ, ਆਪਾਂ ਕੀ ਕਰਨਾ, ਪਲੇਲਿਸਟ ਤੁਹਾਨੂੰ ਦਿਖ ਰਿਹਾ ਜਿਹਦੇ ਉੱਪਰ ਇਸ ਟਾਈਮ ਮੇਰਾ ਕਰਸਰ ਹੋਵਰ ਕਰ ਰਿਹਾ, ਸੋ ਇਹ ਪਲੇਲਿਸਟ ਆਪਾਂ ਖੋਲ੍ਹ ਲੈਣਾ। ਇਹ ਪਲੇਲਿਸਟ ਬਣਾਉਣ ਦਾ ਫਾਇਦਾ ਕੀ ਆ ਕਿ ਜੇ ਤੁਸੀਂ ਨੋਰਮਲੀ ਹੋਮ ਤੇ ਜਾਓਗੇ ਜਾਂ ਤੁਸੀਂ ਨੋਰਮਲੀ ਆਪਣਾ ਚੈਨਲ ਖੋਲੋਗੇ ਤਾਂ ਬਹੁਤ ਜ਼ਿਆਦਾ ਵੀਡੀਓਜ਼ ਨੇ, ਆਪਾਂ ਨੂੰ ਵੀਡੀਓ ਲੱਭਣੀ ਔਖੀ ਹੋ ਜਾਣੀ ਆਪਣੀ ਕਲਾਸ ਲਈ, ਅਤੇ ਆਪਣੀ ਕਲਾਸ ਦੀਆਂ ਕਿੰਨੀਆਂ ਪੈ ਚੁੱਕੀਆਂ ਨੇ। ਸੋ ਪਲੇਲਿਸਟ ਆਪਣਾ ਕੰਮ ਸੌਖਾ ਕਰ ਦਿੰਦੀ ਆ। ਆਪਣੇ ਕਲਾਸ ਵਾਈਜ਼ ਫੋਲਡਰਸ ਬਣੇ ਨੇ, ਆਪਾਂ ਬਸ ਫੋਲਡਰ ਨੂੰ ਕਲਿੱਕ ਕਰ ਦੇਣਾ ਅਤੇ ਉਹਦੇ ਰੈਲੀਵੈਂਟ ਸਾਰੀਆਂ ਵੀਡੀਓਜ਼ ਇਹਦੇ ਉੱਪਰ ਪੈ ਜਾਣੀਆਂ ਨੇ। ਜਿੱਦਾਂ ਜੇ ਮੈਂ ਸੈਕਿੰਡ ਕਲਾਸ ਖੋਲ੍ਹੀ ਆ, ਸੈਕਿੰਡ ਕਲਾਸ ਦੇ ਜਿੰਨੇ ਵੀ ਲੈਕਚਰਸ ਅਪਲੋਡ ਹੋਏ ਨੇ ਵੀਡੀਓ ਲੈਕਚਰਸ, ਉਹ ਸਾਰੇ ਮੈਂ ਐਕਸੈਸ ਕਰ ਸਕਦਾ ਸਿੱਧੇ ਡਾਇਰੈਕਟਲੀ ਪਲੇਲਿਸਟ ਦੇ ਵਿੱਚ ਜਾ ਕੇ, ਰਾਈਟ। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਮੇਨ ਜਿਹੜੇ ਇਸ਼ੂਜ਼ ਨੇ, 4 ਮੇਨ ਕੁਇਰੀਜ਼ ਨੇ ਜਿਹੜੀਆਂ ਬਹੁਤ ਕਾਮਨ ਨੇ ਜੋ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਜੋ ਪੜ੍ਹਿਆ। ਸਭ ਤੋਂ ਪਹਿਲੀ ਹੈਗੀ ਆ ਕਿ ਨੋਟਬੁੱਕਸ ਜਾਂ ਬੁੱਕਸ ਨਹੀਂ ਹੈਗੀਆਂ ਬੱਚਿਆਂ ਕੋਲ, ਕਿ ਆਪਾਂ ਉਹਦਾ ਕੀ ਹੱਲ ਕਰੀਏ। ਕਈ ਪੇਰੈਂਟਸ ਕਾਲ ਕਰਕੇ ਇਹ ਵੀ ਕਹਿ ਰਹੇ ਨੇ ਕਿ ਆਪਾਂ ਸਕੂਲ ਆ ਕੇ ਬੁੱਕਸ ਜਾਂ ਬੱਚਿਆਂ ਦੇ ਸਕੂਲ ਬੈਗਸ ਲੈ ਜਾਂਦੇ ਹਾਂ, ਸੋ ਮੇਰੀ ਰਿਕੁਐਸਟ ਆ ਕਿ ਟਾਈਮ ਇੱਦਾਂ ਦਾ ਕਿ ਬੈਸਟ ਆਪਣੀ ਫੈਮਿਲੀ ਲਈ ਵੀ ਅਤੇ ਆਪਣੀ ਸੋਸਾਇਟੀ ਲਈ ਵੀ ਕਿ ਆਪਾਂ ਬਾਹਰ ਨਾ ਨਿਕਲੀਏ, ਤਾਂ ਉਹਦਾ ਆਪਾਂ ਸੋਲਿਊਸ਼ਨ ਕੀ ਕਰ ਰਹੇ ਹਾਂ। ਜਿੱਦਾਂ ਆਹ ਮੇਰੀ ਇੱਕ ਵੀਡੀਓ ਸੀਗੀ ਪੋਲੀਟੀਕਲ ਸਾਇੰਸ ਬੱਚਿਆਂ ਦੀ, ਮੈਂ ਇੱਕ ਲੈਕਚਰ ਤਿਆਰ ਕੀਤਾ ਸੀਗਾ, ਸੋ ਇੱਦਾਂ ਹੀ ਜੇ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਦੇਖੋਗੇ ਜਾ ਕੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਦੇਖ ਰਿਹਾ ਮੈਂ ਇੱਕ ਲਿੰਕ ਵਿੱਚ ਐਡ ਕੀਤਾ। ਹੁਣ ਜਿਹੜਾ ਇਹ ਲਿੰਕ ਆ, ਇਹ ਲਿੰਕ ਦਾ ਕੀ ਫਾਇਦਾ ਕਿ ਜੇ ਮੇਰੇ ਕਿਸੇ ਬੱਚੇ ਕੋਲ ਬੁੱਕ ਨਹੀਂ ਹੈਗੀ ਤਾਂ ਉਹ ਬੱਚਾ ਇੱਥੇ ਜਾ ਕੇ ਲਿੰਕ ਨੂੰ ਕਲਿੱਕ ਕਰ ਸਕਦਾ ਅਤੇ ਲਿੰਕ ਆਪਣੇ ਬੱਚੇ ਨੂੰ ਡਾਇਰੈਕਟ ਕਰ ਦੂਗਾ ਇੰਟਰਨੈਟ ਦੇ ਉੱਪਰ ਹੀ ਇੱਕ ਪੇਜ 'ਤੇ ਲੈ ਜੂਗਾ। ਇਹ ਦੇਖੋ ਹੁਣ ਇੱਥੇ ਫਾਈਲ ਅਪਲੋਡ ਕੀਤੀ ਵੀ ਆ। ਹੁਣ ਆਪਾਂ ਕੀ ਕਰਨਾ, ਆਪਾਂ ਜਿਹੜਾ ਤੁਹਾਨੂੰ ਡਾਊਨਲੋਡ ਬਟਨ ਦਿਖ ਰਿਹਾ ਨਾ, ਆਪਾਂ ਇਹ ਡਾਊਨਲੋਡ ਬਟਨ ਪ੍ਰੈਸ ਕਰ ਦੇਣਾ ਅਤੇ ਇੰਟਰਨੈਟ ਦੇ ਉੱਪਰੋਂ ਉਹ ਸਾਰੀ ਫਾਈਲ ਡਾਊਨਲੋਡ ਹੋ ਜੂਗੀ, ਰਾਈਟ। ਇੱਦਾਂ ਹੀ ਆਪਣਾ ਹਰ ਟੀਚਰ ਆਪਣੀ ਹਰ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਦਊਗਾ ਆਪਣੇ ਬੱਚਿਆਂ ਲਈ, ਸੋ ਆਪਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ। 2 ਲਿੰਕਸ ਦਿੱਤੇ ਜਾਣਗੇ, ਇੱਕ ਲਿੰਕ ਹੋਊਗਾ ਬੁੱਕ ਦੇ ਉਹ ਚੈਪਟਰ ਦਾ ਜਿਹੜਾ ਕਰਵਾਇਆ ਜਾ ਰਿਹਾ, ਅਤੇ ਜਿਹੜਾ ਦੂਜਾ ਲਿੰਕ ਉਹ ਹੋਊਗਾ ਉਹ ਨੋਟਬੁੱਕ ਦੇ ਨੋਟਸ ਦਾ ਜਿਹੜੇ ਸਮਝਾਏ ਜਾ ਰਹੇ ਨੇ, ਰਾਈਟ। ਆਪਾਂ ਕੁਛ ਨਹੀਂ ਕਰਨਾ, ਆਪਾਂ ਜਾ ਕੇ ਲਿੰਕ ਦੇ ਉੱਪਰ ਕਲਿੱਕ ਕਰਨਾ, ਇਹ ਲਿੰਕ ਡਾਇਰੈਕਟ ਕਰ ਦੂਗਾ, ਪੇਜ ਖੋਲ ਦੂਗਾ, ਉੱਥੋਂ ਜਾ ਕੇ ਆਪਾਂ ਫਾਈਲ ਡਾਊਨਲੋਡ ਕਰ ਲੈਣੀ ਹੈ,
ਰਾਈਟ। ਸੋ ਇਹਦੇ ਲਈ ਸਾਨੂੰ 2 ਦਿਨ ਦਾ ਟਾਈਮ ਲੱਗੂਗਾ, 10 ਤਰੀਕ ਤੱਕ ਇਸ ਮਹੀਨੇ ਦੇ। ਇਹ ਸਾਰੇ ਬੁੱਕਸ ਜਿਹੜੀਆਂ ਹੈਗੀਆਂ ਨੇ, ਇਹ ਸਾਰੇ ਜਿਹੜੇ ਚੈਪਟਰਸ ਹੈਗੇ ਨੇ, ਇਹ ਕਮੈਂਟ ਸੈਕਸ਼ਨ ਦੇ ਵਿੱਚ ਅਪਲੋਡ ਕੀਤੇ ਜਾਣਗੇ। ਤੇ ਜਿਹੜਾ ਦੂਜਾ ਹੈਗਾ ਉਹ ਹੈਗਾ ਕਿ ਜਿਹੜੇ ਨੋਟਸ ਨੇ, ਇੱਦਾਂ ਹੀ ਹਰ ਵੀਡੀਓ ਦੇ ਥੱਲੇ ਉਹ ਚੈਪਟਰ ਦੇ ਨੋਟਸ ਵੀ ਅਪਲੋਡ ਕੀਤੇ ਜਾਣਗੇ। ਇੱਕ ਹੋਰ ਆਪਣਾ ਜਿਹੜੇ ਕੁਇਰੀ ਸੀਗੀ ਪੇਰੈਂਟਸ ਦੀ, ਦੂਜੀ ਹੈਗੀ ਹੈ ਕਿ ਕਈ ਵੀਡੀਓਸ ਦੀ ਕੁਆਲਿਟੀ ਨਹੀਂ ਵਧੀਆ ਹੈਗੀ। ਸੋ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਕਿ ਵੀਡੀਓ ਦੀ ਕੁਆਲਿਟੀ ਨਹੀਂ ਵਧੀਆ। ਉਹਦੇ ਲਈ ਜਿਹੜਾ ਮੇਨ ਰੀਜ਼ਨ ਹੈਗਾ ਉਹ ਹੈਗਾ ਇੰਟਰਨੈਟ ਦੀ ਸਪੀਡ ਬਹੁਤ ਘੱਟ ਆ, ਤੇ ਜੇ ਆਪਾਂ ਪੂਰੀਆਂ ਫਾਈਲਸ ਨੂੰ ਕੰਪਰੈਸ ਕੀਤੇ ਬਿਨਾਂ ਅਪਲੋਡ ਕਰਾਂਗੇ ਤਾਂ ਉਹ ਬਹੁਤ ਜ਼ਿਆਦਾ ਟਾਈਮ ਲੱਗ ਜੂਗਾ। ਹੋ ਸਕਦਾ ਆਪਾਂ ਵਿਦਇਨ ਟਾਈਮ ਫਰੇਮ, ਕਿਉਂਕਿ ਇੰਨੀ ਜ਼ਿਆਦਾ ਵੀਡੀਓਜ਼ ਅਪਲੋਡ ਕਰਨੀਆਂ ਨੇ ਕਿ ਆਪਾਂ ਅਪਲੋਡ ਨਾ ਕਰ ਪਾਈਏ। ਸੋ ਆਪਾਂ ਨਹੀਂ ਚਾਹੁੰਦੇ ਕਿਸੇ ਵੀ ਤਰੀਕੇ ਦਾ ਬੱਚਿਆਂ ਦਾ ਲੌਸ ਹੋਵੇ। ਸੋ ਆਪਾਂ ਉਹ ਵੀਡੀਓ ਨੂੰ ਧਿਆਨ ਨਾਲ ਦੇਖੀ ਜਾਣਾ, ਨਾਲ ਦੀ ਨਾਲ ਆਪਾਂ ਇਸ ਲਿੰਕ ਤੋਂ ਬੁੱਕ ਡਾਊਨਲੋਡ ਕਰਕੇ ਆਪਣੀ ਬੁੱਕ ਤੋਂ ਪੜ੍ਹੀ ਜਾਣਾ। ਤੀਜਾ ਜਿਹੜਾ ਇਸ਼ੂ ਹੈਗਾ ਕਾਮਨ, ਉਹ ਹੈਗਾ ਕਿ ਆਪਾਂ ਕੰਮ ਕਿੱਥੇ ਕਰਨਾ, ਫੇਅਰ ਨੋਟਬੁੱਕਸ 'ਤੇ ਕਰਨਾ ਜਾਂ ਰਫ ਨੋਟਬੁੱਕਸ 'ਤੇ ਕਰਨਾ। ਸੋ ਜਿੰਨਾ ਵੀ ਕੰਮ ਹੈਗਾ ਇਹ ਨੋਟਸ ਦੇ ਵਿੱਚ ਦਿੱਤਾ ਪਿਆ, ਜਿੰਨਾ ਵੀ ਕੰਮ ਹੈਗਾ ਇਹ ਚੈਪਟਰਸ ਦੇ ਵਿੱਚ ਸਮਝਾਇਆ ਪਿਆ, ਉਹ ਸਾਰਾ ਆਪਾਂ ਫੇਅਰ ਨੋਟਬੁੱਕਸ ਦੇ ਵਿੱਚ ਕਰਨਾ। ਇਨ ਕੇਸ ਆਪਣੇ ਕੋਲ ਫੇਅਰ ਨੋਟਬੁੱਕ ਨਹੀਂ ਹੈਗੀ, ਆਪਾਂ ਨੂੰ ਕੋਈ ਨਵੀਂ ਨੋਟਬੁੱਕ ਖਰੀਦਣ ਦੀ ਲੋੜ ਨਹੀਂ ਹੈਗੀ। ਘਰ ਦੇ ਵਿੱਚ ਜਿਹੜੀ ਵੀ ਆਪਣੇ ਕੋਲ ਨੋਟਬੁੱਕ ਹੈਗੀ ਹੈ, ਚਾਹੇ ਲਾਸਟ ਈਅਰ ਦੀ ਕੋਈ ਨੋਟਬੁੱਕ ਹੈਗੀ ਜਿਹਦੇ ਪੇਜ ਖਾਲੀ ਨੇ ਨੋਟਬੁੱਕ ਦੇ, ਜਾਂ ਆਪਣੇ ਕੋਲ ਕੋਈ ਰਫ ਨੋਟਬੁੱਕ, ਆਪਾਂ ਉਹ ਪੇਜਸ ਦੇ ਉੱਪਰ ਆਪਣੀ ਇਹ ਸਾਰਾ ਕੰਮ ਕਰ ਲੈਣਾ। ਅਤੇ ਜਦੋਂ ਆਪਾਂ ਸਕੂਲ ਆਪਣੇ ਰੈਗੂਲਰ ਸਕੂਲ ਵਰਕਿੰਗ ਡੇਜ਼ ਸਟਾਰਟ ਹੋ ਜਾਣਗੇ, ਆਪਾਂ ਟੀਚਰਸ ਤੋਂ ਉਹਦੇ ਉੱਪਰ ਸਿਗਨੇਚਰ ਲੈ ਲੈਣੇ ਆ। ਫਿਰ ਆਪਣੇ ਇਹ ਜਿਹੜੇ 2 ਚੈਪਟਰਸ ਜਾਂ 3 ਚੈਪਟਰਸ, ਹੁਣ ਆਪਾਂ ਨੂੰ ਨਹੀਂ ਪਤਾ ਲੋਕਡਾਊਨ ਕਿੰਨਾ ਟਾਈਮ ਚੱਲਦਾ, ਸੋ ਇਹ 2-3 ਚੈਪਟਰਸ ਨੇ ਜਿਹੜੇ ਆਪਾਂ ਕਵਰ ਕਰਾਂਗੇ ਆਪਣੀ ਰਫ ਨੋਟਬੁੱਕ ਦੇ ਵਿੱਚ, ਉਹਦੇ ਆਪਾਂ ਨੂੰ ਦੁਬਾਰਾ ਨੋਟਸ ਬਣਾਉਣ ਦੀ ਲੋੜ ਨਹੀਂ ਪਊਗੀ ਫੇਅਰ ਕਾਪੀ ਦੇ ਉੱਪਰ। ਅਤੇ ਫੇਅਰ ਕਾਪੀ 'ਤੇ ਆਪਾਂ ਜਿਹੜਾ ਉਸ ਤੋਂ ਬਾਅਦ ਰੈਗੂਲਰ ਡੇਜ਼ ਦੇ ਵਿੱਚ ਕੰਮ ਸ਼ੁਰੂ ਹੋਊਗਾ, ਉੱਥੋਂ ਆਪਾਂ ਕੰਮ ਸਟਾਰਟ ਕਰ ਸਕਦੇ ਹਾਂ। ਜਿਹੜਾ ਚੌਥਾ ਮੇਨ ਇਸ਼ੂ ਹੈਗਾ ਆਪਣਾ, ਉਹ ਹੈਗਾ ਕਿ ਮਾਈਂਡ ਮੈਪਸ ਕੀ ਨੇ, ਕਿਉਂਕਿ ਮੋਸਟਲੀ ਬੱਚੇ ਪੁੱਛ ਰਹੇ ਨੇ ਕਿ ਮਾਈਂਡ ਮੈਪਸ ਕੀ ਨੇ। ਸੋ ਉਹਦੇ ਲਈ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਜੋ ਮੈਂ ਅਪਲੋਡ ਕੀਤੀ ਆ। ਇਹ ਮੇਰੀ ਵੀਡੀਓ ਆ, ਜੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜੋ ਤੁਹਾਨੂੰ ਸਾਹਮਣੇ ਦਿਖ ਰਿਹਾ ਬਣਿਆ ਪਿਆ, ਇਹਨੂੰ ਆਪਾਂ ਮਾਈਂਡ ਮੈਪ ਕਹਿੰਦੇ ਹਾਂ। ਹੁਣ ਮਾਈਂਡ ਮੈਪ ਦੀ ਐਡਵਾਂਟੇਜ ਕੀ ਆ, ਮਾਈਂਡ ਮੈਪ ਦਾ ਫਾਇਦਾ ਕੀ ਆ, ਅਤੇ ਇਸ ਸਾਲ ਆਪਾਂ ਕਿਉਂ ਇੰਟਰੋਡਿਊਸ ਕਰ ਰਹੇ ਹਾਂ ਹਰ ਸਬਜੈਕਟ ਦੇ ਵਿੱਚ ਮਾਈਂਡ ਮੈਪਸ। ਲਾਸਟ ਈਅਰ ਤੁਸੀਂ ਦੇਖਿਆ ਹੋਣਾ ਕਿ ਇੱਕ ਬਹੁਤ ਹੀ ਕਾਮਨ ਜਿਹੜਾ ਚੈਲੰਜ ਆਪਾਂ ਫੇਸ ਕੀਤਾ ਸੀ, ਉਹ ਆਪਣੇ ਬੱਚਿਆਂ ਨੂੰ ਲੱਗਦਾ ਸੀਗਾ ਕਿ ਇਹ ਕੁਐਸਚਨਸ ਬਾਹਰੋਂ ਆ ਗਏ। ਸੋ ਅਸਲ ਦੇ ਵਿੱਚ ਕੋਈ ਵੀ ਕੁਐਸਚਨ ਬਾਹਰੋਂ ਨਹੀਂ ਸੀ ਆਇਆ। ਇਹੀ ਪ੍ਰੋਬਲਮ ਫੇਸ ਕਰਦੇ ਨੇ ਮੋਸਟਲੀ ਬੱਚੇ ਕੰਪੀਟੀਸ਼ਨਸ ਦੇ ਵਿੱਚ। ਇਹੀ ਪ੍ਰੋਬਲਮ ਇਸ ਸਾਲ ਜੋ ਬੋਰਡ ਦਾ ਐਗਜ਼ਾਮ ਹੋਇਆ ਸੀਗਾ ਫਿਜ਼ਿਕਸ ਦਾ, ਉਹਦੇ ਵਿੱਚ ਵੀ ਬੱਚਿਆਂ ਨੂੰ ਲੱਗਿਆ ਕਿ ਕੁਐਸਚਨ ਬਹੁਤ ਔਖੇ ਸੀਗੇ ਜਾਂ ਕੁਐਸਚਨ ਬਾਹਰੋਂ ਆ ਗਏ। ਸੋ ਅਸਲ ਦੇ ਵਿੱਚ ਹੁੰਦਾ ਕੀ ਆ ਕਿ ਆਪਾਂ ਜਦੋਂ ਚੈਪਟਰ ਪੜ੍ਹਦੇ ਹਾਂ, ਰਾਈਟ, ਆਪਾਂ ਜਦੋਂ ਚੈਪਟਰ ਪੜ੍ਹਦੇ ਹਾਂ, ਉਹ ਚੈਪਟਰ ਆਪਾਂ ਨੂੰ ਹਫ਼ਤੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਚੈਪਟਰ ਕੰਪਲੀਟ ਕਰਵਾਇਆ ਜਾਂਦਾ, ਜਾਂ ਵੀਕ ਲੱਗ ਜਾਂਦਾ, ਜਾਂ ਆਪਾਂ ਨੂੰ 2 ਵੀਕਸ ਲੱਗ ਜਾਂਦੀਆਂ ਨੇ। ਸੋ ਉਹਦੇ ਨਾਲ ਕੀ ਹੁੰਦਾ ਕਿ ਜੋ ਮੈਨੂੰ ਚੈਪਟਰ ਦੀ ਸਟਾਰਟਿੰਗ ਦੇ ਵਿੱਚ ਪੜ੍ਹਾਇਆ ਗਿਆ ਸੀ ਮੈਨੂੰ ਉਹ ਪਤਾ ਸੀ, ਜੋ ਮੈਨੂੰ ਚੈਪਟਰ ਦੇ ਮਿਡਲ ਦੇ ਵਿੱਚ ਪੜ੍ਹਾਇਆ ਸੀ ਮੈਨੂੰ ਉਹ ਟੌਪਿਕ ਦਾ ਪਤਾ ਸੀ, ਪਰ ਇਹ ਟੌਪਿਕਸ ਦਾ ਆਪਸ ਦੇ ਵਿੱਚ ਲਿੰਕ ਕੀ ਆ। ਜਦੋਂ ਮੈਨੂੰ ਕੋਈ ਇੱਦਾਂ ਦਾ ਕੁਐਸਚਨ ਆ ਜਾਂਦਾ ਜਿਹੜਾ ਕਈ ਟੌਪਿਕਸ ਨੂੰ ਓਵਰਲੈਪ ਕਰਦਾ ਹੁੰਦਾ, ਇਹ ਬੇਸਿਕਲੀ ਆਪਾਂ ਕੁਐਸਚਨਸ ਨੂੰ ਕਹਿੰਦੇ ਹਾਂ ਅਨੈਲਿਸਿਸ ਬੇਸਡ ਕੁਐਸਚਨਸ। ਸੋ ਜਦੋਂ ਵੀ ਕਿਤੇ ਆਪਾਂ ਨੂੰ ਅਨੈਲਿਸਿਸ ਕਰਨਾ ਪੈਂਦਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਅਧਿਐਨ ਕਹਿੰਦੇ ਹਾਂ, ਕਿ ਸਰਵੇਖਣ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਵਿਚਾਰ ਕਰਨੀ ਪੈਂਦੀ ਹੈ ਕਿ 2-3 ਟੌਪਿਕਸ ਨੂੰ ਰਿਲੇਟ ਕਰਕੇ ਆਪਾਂ ਆਂਸਰ ਬਣਾਉਣਾ ਹੁੰਦਾ, ਸੋ ਉਦੋਂ ਆਪਾਂ ਨੂੰ ਸਮਝ ਨਹੀਂ ਲੱਗਦੀ ਕਿ ਮੈਂ ਇਹਦਾ ਆਂਸਰ ਲਿਖਣਾ ਕੀ ਆ। ਆਪਾਂ ਨੂੰ ਲੱਗਦਾ ਹੁੰਦਾ ਕਿ ਕੁਐਸਚਨ ਮੇਰਾ ਪੜਿਆ ਹੋਇਆ, ਪਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਐਗਜ਼ੈਕਟ ਕੁਐਸਚਨ ਹੀ ਮੈਨੂੰ ਨੋਟਬੁੱਕ ਦੇ ਵਿੱਚ ਲਿਖਵਾਇਆ ਗਿਆ, ਕਿਉਂਕਿ ਉਹ ਕੁਐਸਚਨ ਆਪਣੀ ਅਸਲ ਦੇ ਵਿੱਚ ਸਮਝ ਟੈਸਟ ਕਰਦਾ ਹੁੰਦਾ, ਆਪਣੀ ਅਨੈਲਿਸਿਸ ਟੈਸਟ ਕਰਦਾ ਹੁੰਦਾ, ਆਪਣੀ ਡੀਪ ਅੰਡਰਸਟੈਂਡਿੰਗ ਟੈਸਟ ਕਰਦਾ ਹੁੰਦਾ ਉਹ ਸਾਰੇ ਚੈਪਟਰ ਦੇ, ਰਾਈਟ। ਹੁਣ ਜੇ ਤੁਸੀਂ ਇਹ ਜਿਹੜਾ ਮਾਈਂਡ ਮੈਪ ਦੇਖ ਰਹੇ ਹੋ, ਇਹ ਦੇਖੋ ਇਹ ਘੱਟੋ ਘੱਟ ਜਿੱਦਾਂ 20-25 ਪੇਜਸ ਦਾ ਚੈਪਟਰ ਆ ਮੇਰੀ ਬੁੱਕ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਵਿੱਚ, ਅਤੇ ਇਹ ਸਾਰੇ ਚੈਪਟਰ ਨੂੰ ਮੈਂ 4 ਹਿੱਸਿਆਂ ਦੇ ਵਿੱਚ ਵੰਡਿਆ ਪਿਆ। ਪਹਿਲਾ ਹੈਗਾ ਕਿ ਵਾਈ USA ਐਂਡ USSR ਡੋਮੀਨੇਟਡ ਵਰਲਡ ਅਫੇਅਰਸ,
ਦੂਜਾ ਹੈਗਾ ਵਟ ਵਾਸ ਕੋਲਡ ਵਾਰ, ਤੀਜਾ ਹੈਗਾ ਅਰੀਨਾਜ਼ ਆਫ ਕੋਲਡ ਵਾਰ, ਚੌਥਾ ਹੈਗਾ ਨੌਨ ਅਲਾਈਨਡ ਮੂਵਮੈਂਟ। ਹੁਣ ਜਿਹੜੇ ਚਾਰ ਟੌਪਿਕਸ ਨੇ ਨਾ, ਜਦੋਂ ਮੈਂ ਬੱਚਿਆਂ ਨੂੰ ਇਹ ਸਮਝਾਊਂਗਾ ਤਾਂ ਬਾਅਦ ਦੇ ਵਿੱਚ ਜਦੋਂ ਬੱਚੇ ਮਾਇੰਡ ਮੈਪ ਦੇਖਣਗੇ ਤਾਂ ਉਹ ਸਾਰੇ ਟੌਪਿਕਸ ਨੂੰ ਆਪਸ ਦੇ ਵਿੱਚ ਇੰਟਰਲਿੰਕ ਕਰਕੇ ਦੇਖ ਸਕਣਗੇ, ਡਿਫਰੈਂਟ ਟੌਪਿਕਸ ਨੂੰ ਰਿਲੇਟ ਕਰ ਪਾਉਣਗੇ ਇੱਕ ਦੂਜੇ ਨਾਲ ਕਿ ਦੂਜੇ ਟੌਪਿਕ ਦਾ ਪਹਿਲੇ ਟੌਪਿਕ ਨਾਲ ਕੀ ਲਿੰਕ ਆ, ਤੀਜੇ ਟੌਪਿਕ ਦਾ ਦੂਜੇ ਟੌਪਿਕ ਨਾਲ ਕੀ ਲਿੰਕ ਆ। ਇਹਦੇ ਵਿੱਚ ਆਪਣੇ ਜਿੰਨੇ ਵੀ ਐਸੇ 1 ਦੇ ਵਿੱਚ ਕੁਐਸਚਨਸ ਆਉਣਗੇ ਐਨਾਲਿਸਿਸ ਬੇਸਡ, ਉਹ ਤੁਸੀਂ ਬੜੇ ਆਰਾਮ ਨਾਲ ਕਰ ਪਾਓਗੇ। ਸੋ ਇਹ ਆਪਾਂ ਤੁਹਾਡਾ ਜਿਹੜਾ ਮੇਨ ਕੰਸਰਨ ਸੀਗਾ ਕਿ ਆਪਣੇ ਜਿਹੜੇ ਕੁਐਸਚਨਸ ਨੇ ਬੱਚਿਆਂ ਨੂੰ ਲੱਗਦਾ ਸੀਗਾ ਕਿ ਕਿਤੇ ਬਾਹਰੋਂ ਆ ਜਾਂਦੇ ਨੇ, ਸੋ ਇਹ ਮਾਇੰਡ ਮੈਪ ਆਪਣਾ ਉਹ ਕੰਸਰਨ ਐਡਰੈਸ ਕਰ ਦੇਣਗੇ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਬੀਇੰਗ ਆ ਟੀਚਰ ਮੈਂ ਇੱਕ ਚੀਜ਼ ਦੇਖੀ ਹੈ ਕਿ ਆਪਾਂ ਜਦੋਂ ਜਿੰਨਾ ਮਰਜ਼ੀ ਵਧੀਆ ਪੜ੍ਹਾ ਲਈਏ, ਕਈ ਵਾਰ ਜਦੋਂ ਆਪਾਂ ਇਨਡਾਇਰੈਕਟ ਕੁਐਸਚਨ ਪਾ ਦਿੰਦੇ ਹਾਂ, ਥੋੜ੍ਹਾ ਜਿਹਾ ਘੁਮਾ ਕੇ ਕੁਐਸਚਨ ਪਾ ਦਿੰਦੇ ਹਾਂ, ਤਾਂ ਆਪਣੇ ਬੱਚੇ ਉਹਨੂੰ ਆਨਸਰ ਨਹੀਂ ਕਰ ਪਾਉਂਦੇ ਕਿਉਂਕਿ ਆਪਣੇ ਬੱਚੇ ਚੈਪਟਰ ਦੇ ਡਿਫਰੈਂਟ ਲਿੰਕਸ ਨੂੰ ਇੰਟਰ ਰਿਲੇਟ ਨਹੀਂ ਕਰ ਪਾਉਂਦੇ, ਡਿਫਰੈਂਟ ਟੌਪਿਕਸ ਨੂੰ ਇੰਟਰ ਰਿਲੇਟ ਨਹੀਂ ਕਰ ਪਾਉਂਦੇ। ਸੋ ਇਹ ਮਾਇੰਡ ਮੈਪ ਆਪਣਾ ਉਹ ਇਸ਼ੂ ਐਡਰੈਸ ਕਰਨਗੇ। ਸੋ ਇਸੇ ਕਰਕੇ ਮੇਰੀ ਸਾਰੇ ਬੱਚਿਆਂ ਨੂੰ ਰਿਕੁਐਸਟ ਆ ਕਿ ਜਦੋਂ ਆਪਾਂ ਨੋਟਬੁੱਕ ਖੋਲਦੇ ਹਾਂ, ਇੱਕ ਸਿੰਗਲ ਪੇਜ ਹੁੰਦਾ, ਆਪਾਂ ਉਸ ਤੋਂ ਅੱਗੇ ਜਾ ਕੇ ਜਿਹੜਾ ਆਪਣਾ ਡਬਲ ਪੇਜ ਹੁੰਦਾ, ਜਦੋਂ ਆਪਣੇ ਕੋਲ ਪੇਪਰ ਦੋਨੇ ਸਾਈਡ ਦੇ ਉੱਪਰ ਪੇਜਸ ਹੁੰਦੇ ਨੇ, ਜਿੱਦਾਂ ਤੁਸੀਂ ਇਹ ਨੋਟਬੁੱਕ ਦੇਖ ਰਹੇ ਹੋ, ਇਹ ਡਬਲ ਪੇਜ ਹੈ ਨੋਟਬੁੱਕ ਦਾ, ਦੋਨੇ ਸਾਈਡ 'ਤੇ ਆਪਣੇ ਕੋਲ ਪੇਜ ਆ, ਰਾਈਟ। ਹੁਣ ਆਪਾਂ ਇੱਦਾਂ ਦੇ ਪੇਜ ਦੇ ਉੱਪਰ ਬਣਾਉਣਾ, ਉਦੋਂ ਆਪਾਂ ਮਾਇੰਡ ਮੈਪ ਬਣਾਉਣਾ ਕਿਉਂਕਿ ਮਾਇੰਡ ਮੈਪ ਦੇ ਵਿੱਚ ਇੱਕ ਪ੍ਰੋਬਲਮ ਆ ਸਕਦੀ ਆ, ਉਹ ਹੈਗੀ ਆ ਕਿ ਕਈ ਵਾਰ ਸਪੇਸ ਨਹੀਂ ਹੁੰਦੀ ਆਪਣੇ ਕੋਲ ਜਦੋਂ ਬੱਚਾ ਮਾਇੰਡ ਮੈਪ ਬਣਾਉਣ ਲੱਗਦਾ ਨਾ। ਸੋ ਜਿਹੜੇ ਆਪਣੇ ਟੀਚਰਸ ਤੁਹਾਨੂੰ PDF ਸ਼ੇਅਰ ਕਰਨਗੇ ਉਹਦੇ ਉੱਪਰ ਇਹ ਮਾਇੰਡ ਮੈਪਸ ਬਣੇ ਹੋਣਗੇ, ਆਪਾਂ ਉਹ PDF ਤੋਂ ਮਾਇੰਡ ਮੈਪ ਦੇਖ ਕੇ ਆਪਾਂ ਆਪਣੇ ਨੋਟਸ ਦੇ ਵਿੱਚ ਨੋਟਬੁੱਕ ਦੇ ਵਿੱਚ ਬਣਾ ਲੈਣਾ, ਰਾਈਟ। ਇਹ ਹੋ ਗਿਆ ਆਪਣਾ ਅਗਲਾ ਜਿਹੜਾ ਮੇਨ ਇਸ਼ੂ ਸੀਗਾ ਮਾਇੰਡ ਮੈਪਸ ਦਾ। ਹੁਣ ਅਗਲਾ ਪੁਆਇੰਟ ਜਿਹੜਾ ਆਪਾਂ ਧਿਆਨ ਦੇ ਵਿੱਚ ਰੱਖਣਾ ਉਹ ਹੈਗਾ ਕਿ ਜਿਹੜੇ ਆਪਣੇ ਚੈਪਟਰ ਆਪਾਂ ਕਵਰ ਕਰਾਂਗੇ, ਇਹ ਵੀਡੀਓ ਸਾਰਿਆਂ ਨੇ ਧਿਆਨ ਨਾਲ ਦੇਖਣੀਆਂ ਨੇ ਕਿਉਂਕਿ ਇਹ ਜਿਹੜੀਆਂ ਵੀਡੀਓਸ ਹੋਣਗੀਆਂ ਇਹਦੇ ਬੇਸਿਸ ਦੇ ਉੱਪਰ ਆਪਾਂ ਅਸਾਈਨਮੈਂਟ ਦੇਵਾਂਗੇ ਆਪਣੇ ਬੱਚਿਆਂ ਨੂੰ। 13 ਆਫ ਦਿਸ ਮੰਥ ਆਪਾਂ ਉਹ ਸਾਰੀਆਂ 13 April ਨੂੰ ਆਪਾਂ ਉਹ ਸਾਰੀਆਂ ਅਸਾਈਨਮੈਂਟਸ ਆਪਣੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਾਂਗੇ, ਅਤੇ ਜਦੋਂ ਅਸਾਈਨਮੈਂਟਸ ਅਪਲੋਡ ਹੋ ਜਾਣਗੀਆਂ ਨਾ, ਆਪਾਂ ਸਾਰੇ ਪੇਰੈਂਟਸ ਨੂੰ ਇੱਕ ਲਿੰਕ ਭੇਜਾਂਗੇ, ਜਿੱਦਾਂ ਪਹਿਲਾਂ ਅਸਾਈਨਮੈਂਟਸ ਡਾਊਨਲੋਡ ਕੀਤੀਆਂ ਸੀ ਉੱਦਾਂ ਹੀ ਆਪਾਂ ਇਹ ਅਸਾਈਨਮੈਂਟਸ ਵੀ ਡਾਊਨਲੋਡ ਕਰ ਲੈਣੀਆਂ ਨੇ, ਰਾਈਟ। ਉਹ ਅਸਾਈਨਮੈਂਟਸ ਕੋਈ ਕੁਐਸਚਨ ਬਾਹਰੋਂ ਨਹੀਂ ਹੋਊਗਾ। ਸੋ ਆਪਾਂ ਸਾਰੀਆਂ ਜਿਹੜੇ ਆਪਣੇ ਵੀਡੀਓ ਲੈਕਚਰਸ ਨੇ ਆਪਾਂ ਧਿਆਨ ਨਾਲ ਦੇਖਣੇ ਨੇ, ਅਤੇ ਆਪਾਂ ਇਹ ਵੀਡੀਓ ਲੈਕਚਰਸ ਦੀ ਹੈਲਪ ਦੇ ਨਾਲ ਆਪਾਂ ਉਹ ਅਸਾਈਨਮੈਂਟ ਸੋਲਵ ਕਰਨੀਆਂ ਨੇ, ਅਤੇ ਇੱਕ ਵੀਕ ਦਾ ਟਾਈਮ ਦੇਵਾਂਗੇ ਆਪਾਂ ਆਪਣੇ ਬੱਚਿਆਂ ਨੂੰ, 14 April ਤੋਂ ਲੈ ਕੇ 19 April ਤੱਕ ਆਪਣੇ ਬੱਚਿਆਂ ਨੂੰ ਅਸਾਈਨਮੈਂਟਸ ਦਾ ਟਾਈਮ ਮਿਲੂਗਾ। ਸੋ ਇਹ ਸਾਰੇ ਦਿਨ ਬੱਚੇ ਬੈਠ ਕੇ ਆਰਾਮ ਨਾਲ ਅਸਾਈਨਮੈਂਟ ਸੋਲਵ ਕਰ ਸਕਦੇ ਆ। ਵੈਸੇ ਤਾਂ ਆਪਣੇ ਟੀਚਰਸ ਦੀ ਪੂਰੀ ਕੋਸ਼ਿਸ਼ ਆ ਕਿ ਸੈਲਫ ਐਕਸਪਲੇਨੇਟਰੀ ਵੀਡੀਓਜ਼ ਬਣਾਈਆਂ ਜਾਣ ਕਿ ਵੀਡੀਓ ਆਪਣੇ ਆਪ ਦੇ ਵਿੱਚ ਸਾਰਾ ਐਕਸਪਲੇਨ ਕਰ ਦੇਵੇ, ਬਟ ਸਟਿਲ ਇਨ ਕੇਸ ਕੋਈ ਵੀ ਕੁਐਸਚਨ ਹੈਗਾ ਤਾਂ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕੁਐਸਚਨ ਪਾ ਸਕਦੇ ਹੋ, ਤਾਂ ਉੱਥੇ ਮੇਰੀ ਰਿਕੁਐਸਟ ਰਹੂਗੀ ਕਿ ਜੇ ਮੈਜੋਰਿਟੀ ਨੂੰ ਨਹੀਂ ਸਮਝ ਲੱਗਿਆ ਤਾਂ ਤੁਸੀਂ ਆਪਣੇ ਟੀਚਰ ਨੂੰ ਈਮੇਲ ਕਰਕੇ ਰਿਕੁਐਸਟ ਕਰ ਸਕਦੇ ਹੋ ਕਿ ਉਹ ਪਰਟੀਕੁਲਰ ਟੌਪਿਕ ਨੂੰ ਐਕਸਪਲੇਨ ਕੀਤਾ ਜਾਵੇ, ਰਾਈਟ। ਸੋ ਟੀਚਰਸ ਹਰ ਤਰੀਕੇ ਨਾਲ ਤੁਹਾਡੀ ਹੈਲਪ ਕਰਨਗੇ, ਸੋ ਕਿਸੇ ਵੀ ਚੀਜ਼ ਬਾਰੇ ਘਬਰਾਉਣ ਦੀ ਲੋੜ ਨਹੀਂ ਹੈਗੀ। ਪਲੱਸ 14 ਤੋਂ ਲੈ ਕੇ 19 ਤੱਕ ਆਪਣੇ ਟੀਚਰਸ ਸਾਰੇ ਬੱਚਿਆਂ ਦੇ ਘਰ ਫੋਨ ਕਾਲਸ ਕਰਨਗੇ, 14 ਤੋਂ ਇਹ ਪ੍ਰੋਸੀਜਰ ਸਟਾਰਟ ਹੋ ਜੂਗਾ, ਅਤੇ 19 April ਤੱਕ ਆਪਣੀ ਕੋਸ਼ਿਸ਼ ਰਹੂਗੀ ਕਿ ਆਪਾਂ ਹਰ ਬੱਚੇ ਨਾਲ ਇੱਕ ਵਾਰ ਆਪਣੇ ਟੀਚਰ ਉਹਨਾਂ ਦਾ ਕਲਾਸ ਇੰਚਾਰਜ ਗੱਲ ਕਰੇ। ਸੋ ਤੁਸੀਂ ਜੇ ਤੁਹਾਡੇ ਕੋਈ ਹੋਰ ਕੁਐਸਚਨਸ ਹੈਗੇ ਆ ਉਹ ਆਪਾਂ ਸਾਰੇ ਨੋਟ ਡਾਊਨ ਕਰਕੇ ਰੱਖ ਸਕਦੇ ਹਾਂ, ਅਤੇ ਜਦੋਂ ਆਪਣੇ ਟੀਚਰਸ ਆਪ 14 ਤੋਂ ਲੈ ਕੇ 19 ਤੱਕ ਫੋਨ ਕਰਨਗੇ ਉਹ ਸਾਰੀਆਂ ਕੁਐਰੀਜ਼ ਆਪਾਂ ਆਪਣੇ ਟੀਚਰਸ ਨਾਲ ਸ਼ੇਅਰ ਕਰ ਸਕਦੇ ਹਾਂ। ਇੱਕ ਜਿਹੜਾ ਤੁਹਾਨੂੰ ਮੈਂ ਸੈਪਰੇਟ ਕੰਮ ਦੇ ਰਿਹਾ ਉਹਦੀ ਜਿਹੜੀ ਡੇਟ ਹੈਗੀ ਆ ਉਹ ਹੈਗੀ ਆ ਟਿਲ 19, ਮਤਲਬ ਤੁਸੀਂ ਅੱਜ ਤੋਂ ਇਹ ਕੰਮ ਸਟਾਰਟ ਕਰ ਸਕਦੇ ਹੋ, ਅਤੇ 19 ਆਫ ਦਿਸ ਮੰਥ ਆਪਾਂ ਇੱਕ ਲੈਟਰ ਲਿਖਣੀ ਆ ਆਪਣੇ ਫੇਵਰੇਟ ਰੈਵੋਲੂਸ਼ਨਰੀ ਨੂੰ, ਜਿੱਦਾਂ ਰੈਵੋਲੂਸ਼ਨਰੀਸ, ਜਿੱਦਾਂ ਭਗਤ ਸਿੰਘ ਇੱਕ ਰੈਵੋਲੂਸ਼ਨਰੀ ਸੀਗੇ, ਊਧਮ ਸਿੰਘ ਇੱਕ ਰੈਵੋਲੂਸ਼ਨਰੀ ਸੀਗੇ, ਚੰਦਰ ਸ਼ੇਖਰ ਆਜ਼ਾਦ ਇੱਕ ਰੈਵੋਲੂਸ਼ਨਰੀ ਸੀਗੇ, ਰਾਈਟ।
ਸੋ ਜਿਨ੍ਹਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਆਪਣੀ ਕੰਟਰੀ ਤੋਂ, ਆਪਣੇ ਸਮਾਜ ਤੋਂ, ਅਤੇ ਜਿਨ੍ਹਾਂ ਦੀ ਦੇਣ ਆ ਕਿ ਅੱਜ ਆਪਾਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ ਹੁਣ, ਇਹ ਖਾਸ ਕਰਕੇ ਜਿੱਦਾਂ ਦੇ ਟਾਈਮ ਦੇ ਵਿੱਚ ਆਪਾਂ ਲੰਘ ਰਹੇ ਹਾਂ ਜਿਹੜਾ ਕੁਆਰੰਟੀਨ ਦਾ ਟਾਈਮ ਆ, ਸੋ ਇਹਦੇ ਵਿੱਚ ਆਪਾਂ ਬੈਠ ਕੇ ਅਹਿਸਾਸ ਕਰ ਸਕਦੇ ਹਾਂ ਕਿ ਆਪਾਂ ਤਾਂ ਆਪਣੇ ਪਰਿਵਾਰਾਂ ਨਾਲ ਬੈਠੇ ਹਾਂ, ਪਰ ਉਹਨਾਂ ਨੇ ਵਿਚਾਰਿਆਂ ਨੇ ਕਿੰਨੀਆਂ ਜਵਾਨ ਉਮਰਾਂ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਤਾ। ਜਿੱਦਾਂ ਕਰਤਾਰ ਸਿੰਘ ਸਰਾਭਾ ਸਿਰਫ 19 ਦੇ ਸੀਗੇ ਅਤੇ ਇੰਨੀ ਵੈੱਲ ਸੈਟਲਡ ਉਹਨਾਂ ਕੋਲ ਲਾਈਫ ਸੀਗੀ, ਉਹ BSc ਕੈਮਿਸਟਰੀ ਕਰ ਰਹੇ ਸੀਗੇ ਅਮੈਰੀਕਾ ਦੇ ਵਿੱਚ, ਅਤੇ ਉਹ ਸਾਰਾ ਕੁਝ ਛੱਡ ਕੇ ਇੱਥੇ ਸ਼ਹਾਦਤ ਪਾਉਣ ਆ ਗਏ। ਕਿਸੇ ਵੀ ਤੁਹਾਡਾ ਜੋ ਬੈਸਟ ਰੈਵੋਲੂਸ਼ਨਰੀ ਸੀਗਾ, ਤੁਸੀਂ ਉਹਨਾਂ ਨੂੰ ਇੱਕ ਲੈਟਰ ਲਿਖਣੀ ਆ। ਸੋ ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਲਿਖ ਸਕਦੇ ਹੋ, ਪੰਜਾਬੀ ਦੇ ਵਿੱਚ ਲਿਖ ਸਕਦੇ ਹੋ, ਹਿੰਦੀ ਦੇ ਵਿੱਚ ਲਿਖ ਸਕਦੇ ਹੋ, ਇੰਗਲਿਸ਼ ਦੇ ਵਿੱਚ ਲਿਖ ਸਕਦੇ ਹੋ। ਲੈਂਗੁਏਜ ਵਿਲ ਨੋਟ ਬੀ ਅ ਬੈਰੀਅਰ ਇਨ ਫੋਰ ਦਿਸ ਪ੍ਰੋਜੈਕਟ। ਹੁਣ ਲੈਟਰ ਦੇ ਵਿੱਚ ਆਪਾਂ ਲਿਖਣਾ ਕੀ ਆ, ਆਪਾਂ ਆਪਣੇ ਰੈਵੋਲੂਸ਼ਨਰੀਜ਼ ਦਾ ਧੰਨਵਾਦ ਕਰਨਾ, ਜਿਹੜੇ ਵੀ ਰੈਵੋਲੂਸ਼ਨਰੀ ਨੂੰ ਤੁਸੀਂ ਲੈਟਰ ਲਿਖੋਗੇ, ਅਤੇ ਤੁਸੀਂ ਉਹਨਾਂ ਦਾ ਕੋਈ ਵੀ ਇੱਕ ਇੰਸੀਡੈਂਟ ਉਹਨਾਂ ਦੀ ਲਾਈਫ ਦਾ, ਜਿਹਨੇ ਤੁਹਾਨੂੰ ਟੱਚ ਕੀਤਾ, ਜਿਹਨੇ ਤੁਹਾਨੂੰ ਕੁਛ ਸਿਖਾਇਆ, ਜਿਹਨੇ ਤੁਹਾਨੂੰ ਜੀਣ ਦਾ ਮਕਸਦ ਦਿੱਤਾ, ਜਿਹਨੇ ਤੁਹਾਨੂੰ ਆਪਣੇ ਦੇਸ਼ ਦਾ, ਦੇਸ਼ ਲਈ ਕੁਛ ਕਰਨ ਦਾ ਮਕਸਦ ਦਿੱਤਾ, ਜਿਹਨੇ ਤੁਹਾਨੂੰ ਆਪਣੇ ਸਮਾਜ ਲਈ ਕੁਛ ਕਰਨ ਦਾ ਮਕਸਦ ਦਿੱਤਾ, ਜਿਹਨੇ ਤੁਹਾਨੂੰ ਦੂਜਿਆਂ ਦਾ ਦਰਦ ਮਹਿਸੂਸ ਕਰਨਾ ਸਿਖਾਇਆ। ਸੋ ਕੋਈ ਵੀ ਇੱਕ ਲੈਸਨ ਆਪਣੇ ਕਿਸੇ ਵੀ ਰੈਵੋਲੂਸ਼ਨਰੀ ਦੀ ਲਾਈਫ ਦੇ ਵਿੱਚੋਂ ਤੁਸੀਂ ਉਹ ਲੈਟਰ ਦੇ ਵਿੱਚ ਮੈਨਸ਼ਨ ਕਰਨਾ, ਅਤੇ ਤੁਸੀਂ ਲਿਖਣਾ ਕਿ ਤੁਸੀਂ ਕੀ ਸਿੱਖੇ। ਤੋ ਤੁਸੀਂ ਇਹ ਚਿੱਠੀ ਭਗਤ ਸਿੰਘ ਨੂੰ ਲਿਖਣੀ ਆ, ਤੁਸੀਂ ਇਹ ਚਿੱਠੀ ਕਰਤਾਰ ਸਿੰਘ ਸਰਾਭੇ ਨੂੰ ਲਿਖਣੀ ਆ, ਤੁਸੀਂ ਇਹ ਲੈਟਰ ਜਿਹੜੀ ਹੈਗੀ ਆ ਰਾਜਗੁਰੂ ਨੂੰ ਲਿਖਣੀ ਆ, ਤੁਸੀਂ ਇਹ ਲੈਟਰ ਸੁਖਦੇਵ ਨੂੰ ਲਿਖਣੀ ਆ, ਤੁਸੀਂ ਇਹ ਲੈਟਰ ਚੰਦਰ ਸ਼ੇਖਰ ਆਜ਼ਾਦ ਨੂੰ ਲਿਖਣੀ ਆ। ਸੋ ਇਹਨਾਂ ਕਿਸੇ ਵੀ ਰੈਵੋਲੂਸ਼ਨਰੀਜ਼ ਦੇ ਵਿੱਚੋਂ ਕਿਸੇ ਵੀ ਇੱਕ ਨੂੰ ਆਪਾਂ ਲੈਟਰ ਲਿਖਣੀ ਆ। ਇਹ ਜਿਹੜੀਆਂ ਲੈਟਰਸ ਨੇ ਇਹ ਸਿਰਫ ਕਲਾਸ ਇੰਚਾਰਜਸ ਨੂੰ ਭੇਜੀਆਂ ਜਾਣਗੀਆਂ, ਜਿਹੜੇ ਕਲਾਸ ਟੀਚਰਸ ਨੇ ਨਾ, ਇਹ ਸਿਰਫ ਉਹਨਾਂ ਨੂੰ ਭੇਜੀਆਂ ਜਾਣਗੀਆਂ, ਚਾਹੇ ਆਪਾਂ ਪੰਜਾਬੀ ਦੇ ਵਿੱਚ ਲਿਖੀਏ, ਚਾਹੇ ਹਿੰਦੀ ਦੇ ਵਿੱਚ ਲਿਖੀਏ, ਚਾਹੇ ਇੰਗਲਿਸ਼ ਦੇ ਵਿੱਚ ਲਿਖੀਏ। ਹਰ ਕਲਾਸ ਦੇ ਵਿੱਚੋਂ, ਹਰ ਸੈਕਸ਼ਨ ਦੇ ਵਿੱਚੋਂ ਬੈਸਟ ਟੌਪ 3 ਜਿਹੜੀਆਂ ਬੈਸਟ ਲੈਟਰਸ ਹੋਣਗੀਆਂ, ਲਿਖੀਆਂ ਹੋਣਗੀਆਂ ਜਿਹੜੀਆਂ, ਉਹ ਸ਼ਾਰਟਲਿਸਟ ਕੀਤੀਆਂ ਜਾਣਗੀਆਂ। ਅਤੇ ਇੱਦਾਂ ਆਪਣੇ ਕੋਲ ਜੇ 6 ਸੈਕਸ਼ਨਸ ਨੇ ਤਾਂ ਆਪਣੇ ਕੋਲ 18 ਲੈਟਰਸ ਚੱਲ ਜਾਣਗੀਆਂ। ਫਿਰ ਆਪਾਂ ਸੈਕਿੰਡ ਸਟੇਜ ਦੇ ਵਿੱਚ ਉਹ 18 ਦੇ ਵਿੱਚੋਂ ਬੈਸਟ 3 ਲੈਟਰਸ ਸਿਲੈਕਟ ਕਰਾਂਗੇ। ਸੋ ਇਹ ਕਿਸੇ ਵੀ ਰੈਵੋਲੂਸ਼ਨਰੀ ਨੂੰ ਲਿਖੀ ਹੋ ਸਕਦੀ ਹੈ, ਪਰ ਉਹ ਲਿਖੀ ਕਿੰਨੀ ਸੋਹਣੀ ਆ ਇਹ ਚੀਜ਼ ਮੈਟਰ ਕਰੂਗੀ, ਰਾਈਟ। ਸੋ ਆਓ ਆਪਾਂ ਸੁਣਦੇ ਹਾਂ 2 ਪੈਰਾਗ੍ਰਾਫਸ ਇਹਦੇ। ਇਹਨੂੰ ਮਿਊਜ਼ਿਕ ਵੀ ਆਪਾਂ ਤੁਹਾਡੇ ਹਰਸ਼ਰਨ ਮੈਮ ਨੇ ਜਿਹੜੇ, ਉਹਨਾਂ ਦੀ ਹੈਲਪ ਨਾਲ ਦਿੱਤਾ, ਅਤੇ ਇਹਨੂੰ ਰਿਕਾਰਡ ਵੀ ਆਪਾਂ ਆਪ ਹੀ ਕੀਤਾ, ਇਹਨੂੰ ਲਿਖਿਆ ਵੀ ਆਪਣੇ ਸਕੂਲ ਦੇ ਵਿੱਚ ਹੀ ਗਿਆ। ਇਸ ਇਸ਼ਕ ਦੇ ਆਸ਼ਕ ਥੋੜ੍ਹੇ ਨੇ, ਸੱਚ ਦੇ ਹੀ ਰਾਹ ਤਾਂ ਰੋੜੇ ਨੇ। ਸਾਡੀ ਚੂੰ ਚੂੰ ਕਰਨਾ ਫਿਤਰਤ ਨਹੀਂ, ਬਣ ਤੀਰ ਅਲਾਹੀ ਅੜ ਜਾਂਗੇ, ਅਸੀਂ ਰਾਹੀ ਬਾਗੀ ਰਾਹਾਂ ਦੇ ਸਮਿਆਂ ਨਾਲ ਹਿੱਕ ਡਾ ਲੜ ਜਾਂਗੇ, ਅਸੀਂ ਰਾਹੀ ਬਾਗੀ ਰਾਹਾਂ ਦੇ ਸਮਿਆਂ ਨਾਲ ਹਿੱਕ ਡਾ ਲੜ ਜਾਂਗੇ। ਸਾਡੀ ਜਾਤ ਸ਼ਹਾਦਤ ਅਣਖਾਂ ਲਈ ਸਾਡਾ ਹੱਕ ਸੱਚ ਵਾਲਾ ਨਾਰਾ ਏ, ਸਾਡੀ ਸੋਚ ਪਤਾਲੋਂ ਗਹਿਰੀ ਤੇ ਸਾਨੂੰ ਹਰ ਇੱਕ ਮਜ਼ਹਬ ਪਿਆਰਾ ਏ। 125,000 ਤੇ ਭਾਰੀ ਉਹਦੇ ਆ, ਜਿੱਤਾਂ ਦੇ ਸੋਹਲੇ ਪੜ ਜਾਂਗੇ, ਅਸੀਂ ਰਾਹੀ ਬਾਗੀ ਰਾਹਾਂ ਦੇ ਸਮਿਆਂ ਨਾਲ ਹਿੱਕ ਡਾ ਲੜ ਜਾਂਗੇ, ਅਸੀਂ ਰਾਹੀ ਬਾਗੀ ਰਾਹਾਂ ਦੇ ਸਮਿਆਂ ਨਾਲ ਹਿੱਕ ਡਾ ਲੜ ਜਾਂਗੇ।
ਸੋ ਮੈਨੂੰ ਉਮੀਦ ਆ ਕਿ ਸਾਰੇ ਐਕਸਾਈਟਡ ਹੋਵੋਗੇ, ਕਿਉਂਕਿ ਜਿਹੜੇ ਬੈਸਟ ਉਹ ਆਪਣੇ ਬੱਚੇ ਕੈਰੈਕਟਰਸ ਪਲੇ ਕਰਨਗੇ ਆਪਣੇ ਰੈਵੋਲਿਊਸ਼ਨਰੀਜ਼ ਦਾ। ਸੋ ਆਪਾਂ ਅਰਾਊਂਡ 10 to 15 ਕਰੈਕਟਰਸ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੌਂਗ ਦੇ ਵਿੱਚ। ਸੋ ਇਹ ਬੇਸਿਕਲੀ ਜਿਹੜਾ ਸੌਂਗ ਹੈਗਾ ਆਪਣਾ, ਸੋ ਇਹ ਹੈਗਾ ਔਖੇ ਟਾਈਮਾਂ ਨਾਲ ਲੜਾਈ। ਅੱਜ ਦੇ ਭਗਤ ਸਿੰਘ ਨੂੰ ਪੜ੍ਹਨ ਦੀ ਲੋੜ ਆ, ਅੱਜ ਦੇ ਭਗਤ ਸਿੰਘ ਨੂੰ ਕਿਤਾਬਾਂ ਬੀਜਣ ਦੀ ਲੋੜ ਆ, ਰਾਈਟ। ਸੋ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਅੰਦਰ ਰਹੋਗੇ, ਸੇਫ ਰਹੋਗੇ, ਆਪਣੀ ਸੋਸਾਇਟੀ ਨੂੰ ਵੀ ਪ੍ਰੋਟੈਕਟ ਕਰੋਗੇ ਅਤੇ ਤੁਸੀਂ ਦੱਬ ਕੇ ਪੜ੍ਹਾਈ ਕਰੋਗੇ, ਬਿਕੋਜ਼ ਇਹ ਜੋ ਸਮੇਂ ਦੀ ਲੋੜ ਹੈਗੀ ਉਹ ਹੈਗੀ ਆ ਪੜ੍ਹਾਈ। ਸੋ ਅੱਜ ਦਾ ਟਾਈਮ ਆਪਣੇ ਤੋਂ ਅੱਜ ਕਿਤਾਬਾਂ ਮੰਗਦਾ, ਰਾਈਟ। ਸੋ ਅਤੇ ਮੈਨੂੰ ਉਮੀਦ ਆ ਕਿ ਤੁਸੀਂ ਆਪਣੇ ਟਾਈਮ ਨੂੰ ਜੁਡੀਸ਼ੀਅਸਲੀ ਇਨਵੈਸਟ ਕਰੋਗੇ ਅਤੇ ਤੁਸੀਂ ਬਹੁਤ ਕੁਝ ਸਿੱਖੋਗੇ, ਰਾਈਟ। ਸੋ ਧੰਨਵਾਦ ਸਾਰਿਆਂ ਦਾ।